ਹੈਲੋ एवरीवन ਵੈਲਕਮ ਹੈ ਤੁਹਾਡੇ ਸਾਰਿਆਂ ਦਾ ਤੁਹਾਡੇ ਇਸ ਆਪਣੇ ਚੈਨਲ ਸਟੱਡੀ ਪੁਆਇੰਟ 44 ਦੇ ਵਿੱਚ ਹਾਂਜੀ ਅੱਜ ਆਪਾਂ ਇਸ ਵੀਡੀਓ ਦੇ ਵਿੱਚੋਂ ਪੰਜਾਬ ਦੇ ਸਾਰੇ ਹੀ ਕੰਪਿਟਿਟਿਵ ਇਗਜ਼ਾਮ ਨੂੰ ਟਾਰਗੇਟ ਰੱਖਦੇ ਹੋਏ ਪੰਜਾਬ ਜੀਕੇ ਨਾਲ ਰਿਲੇਟਡ ਮੋਕ ਟੈਸਟ ਕਵਰ ਕਰਾਂਗੇ ਸੋ ਇਹ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਹੈਲਪਫੁਲ ਸਾਬਿਤ ਹੋਣ ਵਾਲੀ ਹੈ ਵੀਡੀਓ ਨੂੰ ਲਾਸਟ ਤੱਕ ਦੇਖਣਾ ਹੈ ਜਿਹੜੇ ਸਟੂਡੈਂਟ ਆਪਣੇ ਇਸ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹਨ ਤਾਂ ਪਲੀਜ਼ ਚੈਨਲ ਨੂੰ ਹੁਣੇ ਹੀ ਸਬਸਕ੍ਰਾਈਬ ਕਰਕੇ ਨਾਲ ਹੀ ਬੈਲ ਆਈਕਨ ਤੇ ਪ੍ਰੈਸ ਕਰ ਲਵੋ ਤਾਂ ਜੋ ਅੱਗੇ ਆਉਣ ਵਾਲੀਆਂ ਹਰੇਕ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਨੂੰ ਟਾਈਮ-ਟਾਈਮ ਮਿਲਦਾ ਰਹੇ ਇਸ ਤੋਂ ਬਾਅਦ ਤੁਸੀਂ 200 ਰੁਪਏ ਵਿੱਚ ਆਪਣੇ ਕੋਲ ਕੰਪਲੀਟ ਪੰਜਾਬ ਜੀਕੇ ਲੈ ਸਕਦੇ ਹੋ ਠੀਕ ਹੈ ਜੇਕਰ ਤੁਸੀਂ ਆਪਣੇ ਕੋਲ ਪੰਜਾਬ ਜੀਕੇ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਮੈਨੂੰ ਇਸ ਨੰਬਰ ਤੇ ਕਾਲ ਕਰ ਸਕਦੇ ਹੋ 95173 44544 ਜਾਂ ਤਾਂ ਤੁਸੀਂ ਕਾਲ ਕਰਨੀ ਹੈ ਜਾਂ WhatsApp ਦੇ ਥਰੂ ਤੁਸੀਂ ਮੈਨੂੰ ਮੈਸੇਜ ਵੀ ਕਰ ਸਕਦੇ ਹੋ ਤਾਂ ਨੋਟਸ ਰਿਗਾਰਡਿੰਗ ਜਿਹੜੀ ਇਨਫੋਰਮੇਸ਼ਨ ਹੈ ਤੁਹਾਨੂੰ ਪ੍ਰੋਵਾਈਡ ਕਰਵਾ ਦਿੱਤੀ ਜਾਵੇਗੀ ਆਪਣੇ ਪੰਜਾਬ ਦੇ ਹਰੇਕ ਪੇਪਰ ਵਿੱਚ ਲਗਭਗ 20 ਨੰਬਰ ਦੀ ਪੰਜਾਬ ਜੀਕੇ ਆਉਂਦੀ ਹੈ ਇਹ ਵੀ ਤੁਹਾਨੂੰ ਪਤਾ ਹੋਵੇਗਾ ਸੋ ਹੁਣ ਆਪਾਂ ਟਾਈਮ ਨੂੰ ਵੇਸਟ ਨਾ ਕਰਦੇ ਹੋਏ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਪਹਿਲਾ ਕੁਐਸਚਨ ਦਿੱਤਾ ਗਿਆ ਮਹਾਰਾਜਾ ਰਣਜੀਤ ਸਿੰਘ ਨੇ ਮਹਾਰਾਜਾ ਦੀ ਉਪਾਧੀ ਕਦੋਂ ਧਾਰਨ ਕੀਤੀ ਸੀ ਸੋ ਇਹ ਕੁਐਸਚਨ ਬਹੁਤ ਵਾਰ ਐਗਜ਼ਾਮ 'ਚ ਰਿਪੀਟ ਹੋ ਚੁੱਕਿਆ ਹੈ ਠੀਕ ਹੈ ਮਹਾਰਾਜਾ ਰਣਜੀਤ ਸਿੰਘ ਨੂੰ ਤੁਹਾਨੂੰ ਪਤਾ ਹੈ ਪੰਜਾਬ ਦਾ ਸ਼ੇਰ ਵੀ ਕਿਹਾ ਜਾਂਦਾ ਹੈ ਐਂਡ ਪੰਜਾਬ ਦਾ ਨੈਪੋਲੀਅਨ ਵੀ ਕਿਹਾ ਜਾਂਦਾ ਹੈ ਮਹਾਰਾਜਾ ਰਣਜੀਤ ਸਿੰਘ ਨੂੰ ਤਾਂ ਇਹਨਾਂ ਨੇ ਮਹਾਰਾਜਾ ਜੀ ਜਿਹੜੀ ਪਾਦੀ ਤਾਰਨ ਕੀਤੀ ਸੀ ਇਹ ਕੀਤੀ ਸੀ 1801 ਦੇ ਵਿੱਚ ਕਦੋਂ 1801 ਦੇ ਵਿੱਚ ਇਹ ਇੱਥੇ ਬਿਲਕੁਲ ਸਹੀ ਆਂਸਰ ਬਣੇਗਾ ਮਹਾਰਾਜਾ ਹਰਨਜੀਤ ਸਿੰਘ ਦਾ ਸਬੰਧ ਜਿਹੜਾ ਸੀਗਾ ਉਹ ਸੀਗਾ ਸ਼ੁਕਰਚਕਿਆ ਮਿਸਲ ਦੇ ਨਾਲ ਠੀਕ ਹੈ ਸ਼ੁਕਰਚਕਿਆ ਮਿਸਲ ਦੇ ਵਿੱਚੋਂ ਸਨ ਮਹਾਰਾਜਾ ਰਣਜੀਤ ਸਿੰਘ ਤਾਂ ਇਹ ਇੱਥੇ ਬਿਲਕੁਲ ਸਹੀ ਆਂਸਰ ਬਣੇਗਾ ਨੈਕਸਟ ਨਾਦਰ ਸ਼ਾਹ ਕਿੱਥੋਂ ਦਾ ਸ਼ਾਸਕ ਸੀਗਾ ਤਾਂ ਇਹਦਾ ਆਂਸਰ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਹੋਇਆ ਹੈ ਤਾਂ ਨਾਦਰ ਸ਼ਾਹ ਜਿਹੜਾ ਸੀਗਾ ਇਹ ਸੀਗਾ ਈਰਾਨ ਦਾ ਸ਼ਾਸਕ ਏ ਬਿਲਕੁਲ ਸਹੀ ਆਨਸਰ ਬਣੇਗਾ ਆਪਸ਼ਨ ਨੰਬਰ ਏ ਈਰਾਨ ਦਾ ਨੈਕਸਟ ਟੌਪਿਕ ਕੁਐਸਚਨ ਦੇਖ ਲੈਂਦੇ ਹਾਂ ਜੀ ਰਾਜ ਵਿਧਾਨ ਪਰਿਸ਼ਦ ਦੇ ਵਿੱਚ ਕੁੱਲ ਕਿੰਨੇ ਮੈਂਬਰਾਂ ਦਾ ਰਾਜਪਾਲ ਮੈਂਬਰ ਨਾਮਜ਼ਦ ਕਰਦਾ ਹੈ ਇਹ ਕੁਐਸਚਨ ਰਿਪੀਟ ਹੋ ਚੁੱਕਿਆ ਹੈ ਪਿਛਲੀ ਵੀਡੀਓ ਵਿੱਚ ਵੀ ਕੁਐਸਚਨ ਪੁੱਛਿਆ ਗਿਆ ਸੀ ਤਾਂ ਆਨਸਰ ਬਣੇਗਾ ਆਪਸ਼ਨ ਨੰਬਰ A ਯਾਨੀ ਕਿ 1/6 ਰਾਜ ਵਿਧਾਨ ਪਰਿਸ਼ਦ ਵਿੱਚ ਕੁੱਲ ਕਿੰਨੇ ਮੈਂਬਰਾਂ ਦਾ ਰਾਜਪਾਲ ਮੈਂਬਰ ਨਾਮਜ਼ਦ ਕਰਦਾ ਹੈ ਤਾਂ ਤੁਸੀਂ ਆਹ ਸਰਟਿਕਾ ਕਰ ਕਾਉਣਾ ਹੈ ਪੇਪਰ ਦੇ ਵਿੱਚੋਂ 1/6 ਮੈਂਬਰ ਇਸ ਤਰ੍ਹਾਂ ਜਿਹੜਾ ਰਾਜਪਾਲ ਹੁੰਦਾ ਠੀਕ ਹੈ ਰਾਜਪਾਲ ਉਹਦੀ ਨਿਯੁਕਤੀ ਭਾਰਤ ਦਾ ਰਾਸ਼ਟਰਪਤੀ ਕਰਦਾ ਹੈ ਕਿਸੇ ਵੀ ਰਾਜ ਰਾਜ ਦਾ ਰਾਜਪਾਲ ਹੋਵੇਗਾ ਜਿਹੜਾ ਉਹਦੀ ਨਿਯੁਕਤੀ ਭਾਰਤ ਦਾ ਰਾਸ਼ਟਰਪਤੀ ਕਰੇਗਾ ਮੁੱਖ ਮੰਤਰੀ ਦੀ ਨਿਯੁਕਤੀ ਭਾਰਤ ਦਾ ਸੌਰੀ ਪੰਜਾਬ ਦਾ ਜਾਂ ਕਿਸੇ ਵੀ ਰਾਜ ਦਾ ਰਾਜਪਾਲ ਕਰੇਗਾ ਇਸ ਪੁਆਇੰਟ ਨੂੰ ਵੀ ਤੁਸੀਂ ਧਿਆਨ ਵਿੱਚ ਰੱਖਣਾ ਐਂਡ ਰਾਜਪਾਲ ਦਾ ਜਿਹੜਾ ਕਾਰਜਕਾਲ ਹੈ ਉਹ ਨਿਸ਼ਚਿਤ ਨਹੀਂ ਕੀਤਾ ਗਿਆ। ਵੱਧ ਤੋਂ ਵੱਧ ਜਿਹੜਾ ਕਾਰਜਕਾਲ ਹੋ ਸਕਦਾ ਹੈ ਉਹ ਹੋ ਸਕਦਾ ਹੈ 5 ਸਾਲ ਬਟ ਡਿਪੈਂਡ ਕਰੇਗਾ ਰਾਸ਼ਟਰਪਤੀ ਦੇ ਉੱਪਰ ਜੇਕਰ ਰਾਸ਼ਟਰਪਤੀ ਚਾਹੇ ਤਾਂ ਰਾਜਪਾਲ ਨੂੰ ਉਸਦੇ ਅਹੁਦੇ ਤੋਂ ਹਟਾ ਵੀ ਸਕਦਾ ਹੈ। ਯਾਨੀ ਕਿ ਰਾਜਪਾਲ ਆਪਣਾ ਜਿਹੜਾ ਤਿਆਗ ਪੱਤਰ ਹੈ ਉਹ ਰਾਸ਼ਟਰਪਤੀ ਨੂੰ ਦਿੰਦਾ ਹੈ। ਹੁਣ ਆਪਾਂ ਨੈਕਸਟ ਮੂਵ ਕਰਦੇ ਹਾਂ ਹਾਂਜੀ ਦਾਲ ਖਾਲਸਾ ਦੀ ਸਥਾਪਨਾ ਕਦੋਂ ਹੋਈ ਸੀਗੀ? ਬਹੁਤ ਹੀ ਜ਼ਿਆਦਾ ਮਹੱਤਵਪੂਰਨ ਕੋਸ਼ਨ ਰਹੇਗਾ ਇਗਜ਼ਾਮ ਦੇ ਪੁਆਇੰਟ ਆਫ 뷰 ਤੋਂ ਦਲ ਖਾਲਸਾ ਦੀ ਸਥਾਪਨਾ ਨਵਾਬ ਕਪੂਰ ਸਿੰਘ ਨੇ ਕੀਤੀ ਸੀ ਇਹ ਤੁਹਾਨੂੰ ਪਤਾ ਹੋਵੇਗਾ ਤਾਂ ਦਲ ਖਾਲਸਾ ਦੀ ਸਥਾਪਨਾ ਹੁੰਦੀ ਹੈ 29 ਮਾਰਚ 1748 ਨੂੰ ਕਦੋਂ 29 ਮਾਰਚ 1748 ਨੂੰ ਏ ਬਿਲਕੁਲ ਸਹੀ ਆਨਸਰ ਬਣੇਗਾ ਆਪਸ਼ਨ ਨੰਬਰ ਏ 29 ਮਾਰਚ 1849 ਨੂੰ ਆਪਣੇ ਪੰਜਾਬ ਨੂੰ ਬ੍ਰਿਟਿਸ਼ ਸ਼ਾਸਨ ਦੇ ਵਿੱਚ ਸ਼ਾਮਿਲ ਕੀਤਾ ਗਿਆ ਸੀਗਾ ਅੰਗਰੇਜ਼ਾਂ ਦੁਆਰਾ ਯਾਨਕੀ ਲਾਰਡ ਡਲਹੌਜੀ ਨੇ 29 ਮਾਰਚ 1859 ਨੂੰ ਆਪਣੇ ਪੰਜਾਬ ਨੂੰ ਬ੍ਰਿਟਿਸ਼ ਸ਼ਾਸਨ ਦੇ ਵਿੱਚ ਮਰਜ ਕਰ ਲਿਆ ਸੀ ਇਹ ਵੀ ਗੱਲ ਦਾ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਇਹ ਬਿਲਕੁਲ ਸਹੀ ਆਨਸਰ ਬਣ ਚਵੇਗਾ ਆਪਸ਼ਨ ਨੰਬਰ ਏ ਨੈਕਸਟ ਆਪਾਂ ਕੁਐਸਚਨ ਦੇਖ ਲੈਂਦੇ ਹਾਂ ਹਾਂਜੀ ਬੁੱਢਾ ਦਲ ਅਤੇ ਤਰੁਣਾ ਦਲ ਦੀ ਜਿਹੜੀ ਸਥਾਪਨਾ ਹੈ ਇਹ ਕਦੋਂ ਕੀਤੀ ਗਈ ਸੀ ਹਾਂਜੀ ਇਸ ਕੁਐਸਚਨ ਦਾ ਵੀ ਆਨਸਰ ਤੁਹਾਨੂੰ ਪਤਾ ਲੱਗ ਹੋਵੇਗਾ ਬੁੱਢਾ ਦਾਲਾ ਤੇ ਤਰਨਾ ਦਾਲ ਦੀ ਜਿਹੜੀ ਸਥਾਪਨਾ ਹੁੰਦੀ ਹੈ ਇਹ ਹੁੰਦੀ ਹੈ 1734 ਦੇ ਵਿੱਚ ਕਦੋਂ 1734 ਦੇ ਵਿੱਚ ਬੁੱਢਾ ਦਾਲਾ ਤੇ ਤਰਨਾ ਦਾਲ ਦੀ ਸਥਾਪਨਾ ਕੀਤੀ ਜਾਂਦੀ ਹੈ ਇਹ ਬਿਲਕੁਲ ਸਹੀ ਆਨਸਰ ਬਣੇਗਾ ਆਪਸ਼ਨ ਨੰਬਰ ਏ ਨੈਕਸਟ ਲਾਹੌਰ ਤੇ ਕਿਸ ਦਾ ਸ਼ਾਸਨ ਸੀਗਾ ਇੱਥੇ ਗੱਲ ਕੀਤੀ ਜਾ ਰਹੀ ਹੈ ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸਨ ਕਾਲ ਦੀ ਠੀਕ ਹੈ ਉਸ ਸਮੇਂ ਲਾਹੌਰ ਤੇ ਕਿਸ ਦਾ ਸ਼ਾਸਨ ਸੀ ਤਾਂ ਤੁਸੀਂ ਆਨਸਰ ਟਿੱਕਰ ਕਰਕੇ ਆਉਣਾ ਪੰਗੀ ਸਰਦਾਰਾਂ ਦਾ ਥੋੜੀ ਟਾਈਪਿੰਗ ਮਿਸਟੇਕ ਹੈ ਪੰਗੀ ਸਰਦਾਰਾਂ ਦਾ ਸੀਗਾ ਲਾਹੌਰ ਤੇ ਅ ਸ਼ਾਸਨ ਠੀਕ ਹੈ ਇੱਥੇ ਤੁਸੀਂ ਆ ਰੋਂਗ ਆਪਸ਼ਨ ਕਹਿ ਸਕਦੇ ਹੋ ਠੀਕ ਹੈ ਐਦਾਂ ਦੀ ਕੋਈ ਆਪਸ਼ਨ ਨਹੀਂ ਇੰਦੀ ਪੇਪਰ 'ਚ ਵੈਸੇ ਨਾਨਕਸ਼ਹੀ ਜਿਹੜੇ ਸਿੱਕੇ ਸਨ ਇਹ ਜਾਰੀ ਕੀਤੇ ਸੀ ਨਾਨਕਸ਼ਹੀ ਸਿੱਕੇ ਆਪਣੇ ਮਹਾਰਾਜਾ ਰਣਜੀਤ ਸਿੰਘ ਨੇ ਤਾਂ ਗੁਰੂ ਗੋਬਿੰਦ ਸਿੰਘ ਐਂਡ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ਤੇ ਜਿਹੜੀ ਮੋਹਰ ਹੈ ਉਹ ਜਾਰੀ ਕੀਤੀ ਸੀ ਬੰਦਾ ਸਿੰਘ ਬਹਾਦਰ ਨੇ ਨੈਕਸਟ ਆਪਾਂ ਕੁਐਸਚਨ ਦੇਖ ਲੈਂਦੇ ਹਾਂ ਜੀ ਵੱਡਾ ਕੱਲੂਕਾਰਾ ਜਿਹੜਾ ਹੈ ਕਿੱਥੇ ਤੇ ਕਦੋਂ ਵਾਪਰਿਆ ਸੀ ਇਹ ਕੁਸ਼ਣ ਲਾ ਕੇ ਦਿੱਤਾ ਗਿਆ ਹੈ ਵੱਡਾ ਕੱਲੂਕਾਰਾ ਵਾਪਰਿਆ ਸੀ ਮਲੇਰ ਕੋਟਲਾ ਨੇੜੇ ਪਿੰਡ ਕੁੱਪ ਵਿਖੇ ਅਤੇ ਕਦੋਂ ਵਾਪਰਿਆ ਸੀ 5 ਫਰਵਰੀ 1762 ਨੂੰ ਕਦੋਂ ਵਾਪਰਿਆ ਸੀ 5 ਫਰਵਰੀ 1762 ਨੂੰ ਵਾਪਰਿਆ ਸੀਗਾ ਇਸ ਤੋਂ ਇਲਾਵਾ ਛੋਟਾ ਕੱਲੂਕਾਰ ਜਿਹੜਾ ਹੈ 1746 ਦੇ ਵਿੱਚ ਵਾਪਰਦਾ ਹੈ ਠੀਕ ਹੈ ਗੁਰਦਾਸਪੁਰ ਵਿਖੇ ਵਾਪਰਦਾ ਹੈ ਇਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਬੰਦਾ ਸਿੰਘ ਬਹਾਦਰ ਨੇ ਸ਼ਹੀਦੀ ਕਦੋਂ ਪ੍ਰਾਪਤ ਕੀਤੀ ਸੀ ਕੁਸ਼ਣ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਰਹੇਗਾ ਐਗਜ਼ਾਮ ਦੇ ਪੁਆਇੰਟ ਆਫ View ਤੋਂ ਤਾਂ ਬੰਦਾ ਸਿੰਘ ਬਹਾਦਰ ਨੂੰ ਤੁਹਾਨੂੰ ਪਤਾ ਹੈ ਜਿਹੜੀ 1715 ਦੇ ਵਿੱਚ ਲੜਾਈ ਹੁੰਦੀ ਹੈ ਗੁਰਦਾਸ ਨੰਗਲ ਦੀ ਲੜਾਈ ਤਾਂ ਇਸ ਲੜਾਈ ਦੇ ਵਿੱਚੋਂ ਬੰਦਾ ਸਿੰਘ ਬਹਾਦਰ ਨੂੰ ਬੰਦੀ ਬਣਾ ਲਿਆ ਜਾਂਦਾ ਯਾਨੀ ਕਿ ਕੈਦ ਕਰ ਲਿਆ ਜਾਂਦਾ ਹੈ ਤਾਂ ਇਸ ਲੜਾਈ ਦੇ ਵਿੱਚੋਂ ਇਸ ਲੜਾਈ ਤੋਂ ਬਾਅਦ ਫਰਕ ਸੇਰ ਦੁਆਰਾ ਮੁਗਲ ਬਾਦਸ਼ਾਹ ਸੀਗਾ ਤਾਂ ਇਹ ਦੇ ਦੁਆਰਾ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕੀਤਾ ਜਾਂਦਾ ਹੈ 1716 ਦੇ ਵਿੱਚ ਕਦੋਂ 1716 ਦੇ ਵਿੱਚ ਇਹ ਬਿਲਕੁਲ ਸਹੀ ਆਨਸਰ ਬਣੇਗਾ ਆਪਸ਼ਨ ਨੰਬਰ A ਐਂਡ ਸਿੱਖਾਂ ਦੇ ਵਿੱਚ ਸਭ ਤੋਂ ਪਹਿਲਾਂ ਸ਼ਹੀਦੀ ਕਿਸ ਨੇ ਦਿੱਤੀ ਹੈ ਸਿੱਖ ਗੁਰੂਆਂ ਦੇ ਵਿੱਚੋਂ ਤਾਂ ਤੁਸੀਂ ਆਹ ਸਰਟਿਕ ਕਰਕੇ ਆਉਣਾ ਹੈ ਆਪਣੇ ਸ੍ਰੀ ਗੁਰੂ ਅਰਜਨ ਦੇਵ ਜੀ ਸਿੱਖਾਂ ਦੇ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਿੱਖ ਧਰਮ ਵਿੱਚ ਪਹਿਲੀ ਸ਼ਹੀਦੀ ਪ੍ਰਾਪਤ ਕੀਤੀ ਸੀਗੀ 1606 ਦੇ ਵਿੱਚ ਇਸ ਤਲਾਵਾ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦੀ ਪ੍ਰਾਪਤ ਹੁੰਦੀ ਹੈ 1675 ਦੇ ਵਿੱਚ ਐਂਡ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕਰਵਾਇਆ ਸੀ ਔਰੰਗਜ਼ੇਬ ਨੇ ਹੁਣ ਆਪਾਂ ਨੈਕਸਟ ਮੂਵ ਕਰਦੇ ਹਾਂ ਪਾਣੀਪਤ ਦੀ ਜਿਹੜੀ ਤੀਜੀ ਲੜਾਈ ਹੈ ਇਹ ਕਦੋਂ ਹੋਈ ਸੀਗੀ ਪਾਣੀਪਤ ਦੀ ਤੀਜੀ ਲੜਾਈ ਪਹਿਲੀ ਦੂਜੀ ਪਤਾ ਹੁੰਦਾ ਤੁਹਾਨੂੰ ਪਾਣੀਪਤ ਦੀ ਪਹਿਲੀ ਦੂਜੀ ਜਿਹੜੀ ਲੜਾਈ ਹੈ ਇਹ ਹੁੰਦੀ ਆ 1700 ਸੌਰੀ ਇੱਕ ਹੁੰਦੀ ਆ 1526 ਦੇ ਵਿੱਚ ਪਹਿਲੀ ਲੜਾਈ ਹੁੰਦੀ ਹੈ ਐਂਡ ਦੂਜੀ ਲੜਾਈ ਹੁੰਦੀ ਆ 1556 ਦੇ ਵਿੱਚ ਪਾਣੀਪਤ ਦੀ ਜਿਹੜੀ ਤੀਜੀ ਲੜਾਈ ਹੈ ਇਹ ਹੁੰਦੀ ਆ 14 ਜਨਵਰੀ 1761 ਦੇ ਵਿੱਚ ਕਦੋਂ 1761 ਦੇ ਵਿੱਚ ਹੁੰਦੀ ਆ ਇਸ ਤਰ੍ਹਾਂ ਤਰਾਇਨ ਦੀ ਪਹਿਲੀ ਲੜਾਈ ਅਤੇ ਤਰਾਇਨ ਦੀ ਦੂਜੀ ਲੜਾਈ ਵੀ ਇਗਜ਼ਾਮ ਚ ਪੁੱਛ ਲਈ ਜਾਂਦੀ ਹੈ ਤਰਾਇਨ ਦੀ ਪਹਿਲੀ ਜਿਹੜੀ ਲੜਾਈ ਹੈ ਇਹ ਹੁੰਦੀ ਹੈ 1191 ਦੇ ਵਿੱਚ ਐਂਡ ਤਰਾਇਨ ਦੀ ਜਿਹੜੀ ਦੂਜੀ ਲੜਾਈ ਹੈ ਉਹ ਹੁੰਦੀ ਹੈ 1192 ਦੇ ਵਿੱਚ ਸੋ ਇਹਨਾਂ ਗੱਲਾਂ ਨੂੰ ਵੀ ਤੁਸੀਂ ਧਿਆਨ ਦੇ ਵਿੱਚ ਜ਼ਰੂਰ ਰੱਖਣਾ ਹੈ ਐਦਾਂ ਦੇ ਕੁਸ਼ਨ ਇਗਜ਼ਾਮ ਵਿੱਚੋਂ ਬਣ ਸਕਦੇ ਹਨ ਨੈਕਸਟ ਆਪਾਂ ਕੁਸ਼ਨ ਦੇਖਦੇ ਹਾਂ ਤੱਤ ਖੜਸਾ ਵਾਲੇ ਕਿਹੜੇ ਰੰਗ ਦੇ ਕੱਪੜੇ ਪਹਿਨਦੇ ਸਨ ਤਾਂ ਤੱਤ ਖੜਸਾ ਵਾਲੇ ਜਿਹੜੇ ਸਨ ਤਾਂ ਇਹ ਲਾਲ ਰੰਗ ਦੇ ਕੱਪੜੇ ਪਾਉਂਦੇ ਸਨ ਇਹ ਬਿਲਕੁਲ ਸਹੀ ਆਂਸਰ ਬਣੇਗਾ ਆਪਸ਼ਨ ਅ ਬ੍ਰੇ ਲਾਲ ਰੰਗ ਦੇ ਨੈਕਸਟ ਆਪਾਂ ਦੇਖ ਲੈਂਦੇ ਆ ਪੌਂਟਾ ਦਾ ਕੀ ਅਰਥ ਹੁੰਦਾ ਹੈ ਪੌਂਟਾ ਸਾਹਿਬ ਦਾ ਅਰਥ ਹੁੰਦਾ ਹੈ ਪੈਰ ਰੱਖਣ ਦੀ ਥਾਂ ਤਾਂ ਪੌਂਟਾ ਸਾਹਿਬ ਦੀ ਸਥਾਪਨਾ ਕੀਤੀ ਹੈ ਸਿੱਖਾਂ ਦੇ 10ਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਠੀਕ ਹੈ ਪੌਂਟਾ ਸਾਹਿਬ ਦੀ ਸਥਾਪਨਾ ਕੀਤੀ ਗਈ ਸੀ ਨੈਕਸਟ ਆਪਾਂ ਦੇਖਦੇ ਆ ਕੁਸ਼ਣ ਹਾਂ ਜੀ ਪਗਾਣੀ ਦੀ ਜਿਹੜੀ ਲੜਾਈ ਆ ਕਦੋਂ ਹੋਈ ਸੀ ਪਗਾਣੀ ਦੀ ਲੜਾਈ ਤਾਂ ਪਗਾਣੀ ਦੀ ਜਿਹੜੀ ਲੜਾਈ ਹੈ ਇਹ ਹੁੰਦੀ ਹੈ 1688 ਦੇ ਵਿੱਚ ਕਦੋਂ 1688 ਦੇ ਵਿੱਚ ਪਗਾਣੀ ਦੀ ਲੜਾਈ ਹੁੰਦੀ ਹੈ ਸੀ ਬਿਲਕੁਲ ਸਹੀ ਆਨਸਰ ਬਣੇਗਾ ਆਪਸ਼ਨ ਨੰਬਰ ਸੀ 1688 ਦੇ ਵਿੱਚ ਠੀਕ ਹੈ ਕਿਹੜੇ ਗੁਰੂ ਨਾਲ ਸੰਬੰਧਤ ਹੈ ਤਾਂ ਸਿੱਖਾਂ ਦੇ 10ਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਸੰਬੰਧਤ ਹੈ ਪਗਾਣੀ ਦੀ ਲੜਾਈ ਨੈਕਸਟ ਆਪਾਂ ਕੁਐਸਚਨ ਦੇਖਦੇ ਆ ਬੰਦਾਈ ਖਾਲਸਾ ਵਾਲੇ ਕਿਹੜੇ ਰੰਗ ਦੇ ਕੱਪੜੇ ਪਹਿਨਦੇ ਸਨ ਆਨਸਰ ਵੈਸੇ ਤੁਹਾਨੂੰ ਦੇਖ ਚੁੱਕਾ ਹੈ ਤਾਂ ਆਨਸਰ ਬਣੇਗਾ ਆਪਸ਼ਨ ਨੰਬਰ ਡੀ ਸਹੀ ਆਨਸਰ ਬਣੇਗਾ ਡੀ ਨੀਲੇ ਰੰਗ ਦੇ ਬੰਦਾਈ ਖਾਲਸਾ ਵਾਲੇ ਜਿਹੜੇ ਸਨ ਤਾਂ ਕਿਹੜੇ ਰੰਗ ਦੇ ਕੱਪੜੇ ਪਹਿਨਦੇ ਸਨ ਤਾਂ ਤੁਸੀਂ ਆਨਸਰ ਟਿਕ ਕਰਕੇ ਆਉਣਾ ਹੈ ਨੀਲੇ ਰੰਗ ਦੇ ਠੀਕ ਹੈ ਅ ਡੀ ਸਹੀ ਆਨਸਰ ਬਣੇਗਾ ਨੀਲੇ ਰੰਗ ਦੇ ਨੈਕਸਟ ਆਪਾਂ ਦੇਖਦੇ ਹਾਂ ਦਾਲ ਖਾਲਸਾ ਦੀ ਸਥਾਪਨਾ ਸਮੇਂ ਸਿੱਖਾਂ ਦੇ ਕਿੰਨੇ ਜਥੇ ਬਣੇ ਸਨ ਤਾਂ ਦਾਲ ਖਾਲਸਾ ਦੀ ਸਥਾਪਨਾ ਸਮੇਂ ਸਿੱਖਾਂ ਦੇ ਜਿਹੜੇ ਟੋਟਲ ਜਥੇ ਬਣੇ ਸਨ ਉਹ ਬਣੇ ਸਨ 12 ਇਹ ਬਿਲਕੁਲ ਸਹੀ ਆਨਸਰ ਬਣੇਗਾ 12 ਵੈਸੇ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਜਿਹੜੀਆਂ 12 ਮਿਸਲਾਂ ਸਨ ਠੀਕ ਹੈ 12 ਮਿਸਲਾਂ ਸਨ ਤਾਂ ਉਹਨਾਂ ਵਿੱਚੋਂ ਇੱਕ ਮਿਸਲ ਦਾਲ ਖਾਲਸਾ ਦਾ ਹਿੱਸਾ ਨਹੀਂ ਸੀ ਫੂੜਕਾ ਮਿਸਲ ਫੂੜਕਾ ਜਿਹੜੀ ਮਿਸਲ ਹੈ ਉਹ ਦਾਲ ਖਾਲਸਾ ਦਾ ਹਿੱਸਾ ਨਹੀਂ ਬਣੀ ਸੀ ਬਾਕੀ 11 ਜਿਹੜੀਆਂ ਮਿਸਲਾਂ ਹਨ ਤਾਂ ਉਹ ਦਾਲ ਖਾਲਸਾ ਦਾ ਹਿੱਸਾ ਰਹੀਆਂ ਸਨ ਤਾਂ ਇੱਥੇ ਏ ਬਿਲਕੁਲ ਸਹੀ ਆਨਸਰ ਬਣੇਗਾ ਆਪਸ਼ਨ ਨੰਬਰ ਏ ਨੈਕਸਟ ਜਕਰੀਆ ਖਾਨ ਨੇ ਸਿੱਖਾਂ ਨਾਲ ਸਮਝੌਤਾ ਕਦੋਂ ਕੀਤਾ ਸੀ ਤਾਂ ਜਕਰੀਆ ਖਾਨ ਨੇ ਸਿੱਖਾਂ ਨਾਲ ਸਮਝੌਤਾ ਕੀਤਾ ਸੀਗਾ ਆਪਸ਼ਨ ਨੰਬਰ ਏ ਯਾਨੀ ਕਿ 1733 ਦੇ ਵਿੱਚ ਕਦੋਂ 1733 ਵਿੱਚ ਕੀਤਾ ਸੀ ਏ ਬਿਲਕੁਲ ਸਹੀ ਆਨਸਰ ਬਣੇਗਾ ਨੈਕਸਟ ਆਪਾਂ ਕੁਐਸਚਨ ਦੇਖਦੇ ਹਾਂ ਬੁੱਢਾ ਦਾਲ ਵਿੱਚ ਕਿੰਨੀ ਕਿੰਨੀ ਵਧ ਕਿੰਨੀ ਤੋਂ ਵੱਧ ਉਮਰ ਦੇ ਸਿੱਖ ਹੁੰਦੇ ਸਨ ਠੀਕ ਹੈ ਇਹ ਕੁਐਸਚਨ ਪੁੱਛਿਆ ਗਿਆ ਤਾਂ ਆਨਸਰ ਬਣੇਗਾ ਆਪਸ਼ਨ ਨੰਬਰ ਬੀ ਯਾਨੀ ਕਿ 40 40 ਸਾਲ ਤੋਂ ਉੱਪਰ ਜਿਹੜੇ ਵਿਅਕਤੀ ਸਨ ਤਾਂ ਉਹ ਬੁੱਢਾ ਦਲ ਵਿੱਚ ਆਉਂਦੇ ਸਨ ਤਾਂ ਬੀ ਬਿਲਕੁਲ ਸਹੀ ਆਨਸਰ ਬਣੇਗਾ ਆਪਸ਼ਨ ਨੰਬਰ ਬੀ ਨੈਕਸਟ ਭਾਈ ਤਾਰਾ ਸਿੰਘ ਨੇ ਕਿੰਨੇ ਸਾਥੀਆਂ ਨਾਲ ਮੁਗਲ ਫੌਜਾਂ ਦਾ ਮੁਕਾਬਲਾ ਕੀਤਾ ਸੀਗਾ ਠੀਕ ਹੈ ਤਾਂ ਭਾਈ ਤਾਰਾ ਸਿੰਘ ਨੇ ਇਹ ਵੈਸੇ ਕੁਐਸਚਨ ਬਣਦਾ ਨਹੀਂ ਪੇਪਰ ਵਿੱਚ ਤਾਂ ਦੇ ਡੀ ਕਰੈਕਟ ਆਨਸਰ ਬਣੇਗਾ 22 ਇਹ ਜਿਹੜੀ ਪੀਡੀਐਫ ਹੈ ਕਿਸੇ ਸਟੂਡੈਂਟ ਕੋਲੋ ਟਾਈਪ ਕਰਵਾਈ ਗਈ ਸੀਗੀ ਤਾਂ ਡੀ ਇੱਥੇ கரੈਕਟ ਆਨਸਰ ਬਣੇਗਾ 22 ਪਾਈ ਤਾਰਾ ਸਿੰਘ ਨੇ ਕਿੰਨੇ ਸਾਥੀਆਂ ਨਾਲ ਮੁਗਲ ਫੌਜਾਂ ਦਾ ਮੁਕਾਬਲਾ ਕੀਤਾ ਸੀ ਤਾਂ ਤੁਸੀਂ ਆਨਸਰ ਟਿੱਕ ਕਰਕੇ ਆਉਣਾ ਹੈ 22 ਡੀ ਇੱਥੇ கரੈਕਟ ਆਨਸਰ ਬਣੇਗਾ ਵੈਸੇ ਐਦਾਂ ਦੇ ਕੁਐਸਚਨ ਇਗਜ਼ਾਮ ਵਿੱਚ ਬਹੁਤ ਘੱਟ ਆਉਂਦੇ ਹਨ ਆਹ ਕੁਐਸਚਨ ਇਗਜ਼ਾਮ ਵਿੱਚ ਆ ਸਕਦਾ ਹੈ ਪਾਣੀਪਤ ਦੀ ਜਿਹੜੀ ਪਹਿਲੀ ਲੜਾਈ ਹੈ ਇਹ ਕਦੋਂ ਹੋਈ ਸੀ ਤਾਂ ਤੁਹਾਨੂੰ ਪਤਾ ਹੈ ਪਾਣੀਪਤ ਦੀ ਜਿਹੜੀ ਪਹਿਲੀ ਲੜਾਈ ਹੈ ਇਬਰਾਮ ਲੋਧੀ ਅਤੇ ਬਾਬਰ ਦੇ ਵਿਚਕਾਰ ਹੁੰਦੀ ਹੈ ਇਹ ਗੱਲ ਦਾ ਤੁਹਾਨੂੰ ਪਤਾ ਹੋਵੇਗਾ ਜੀ ਦੇ ਵਿੱਚ ਇਬਰਾਮ 로ਦੀ ਦੀ ਹਾਰ ਹੁੰਦੀ ਹੈ ਇਸ ਦੇ ਨਾਲ ਹੀ ਦਿੱਲੀ ਸਲਤਨਤ ਦਾ ਅੰਤ ਹੋ ਜਾਂਦਾ ਹੈ ਐਂਡ ਭਾਰਤ ਦੇ ਵਿੱਚ ਮੁਗਲ ਸਾਮਰਾਜ ਦੀ ਸਥਾਪਨਾ ਕੀਤੀ ਜਾਂਦੀ ਹੈ ਬਾਬਰ ਦੁਆਰਾ ਤਾਂ ਪਾਣੀਪਤ ਦੀ ਜਿਹੜੀ ਪਹਿਲੀ ਲੜਾਈ ਹੈ ਇਹ ਹੁੰਦੀ ਹੈ 1526 ਦੇ ਵਿੱਚ 21 ਅਪ੍ਰੈਲ 1526 ਦੇ ਵਿੱਚ ਪਾਣੀਪਤ ਦਾ ਪਹਿਲਾ ਯੁੱਧ ਹੁੰਦਾ ਹੈ ਪਾਣੀਪਤ ਦੀ ਜਿਹੜੀ ਜਗ੍ਹਾ ਹਰਿਆਣਾ ਵਿੱਚ ਪੈਂਦੀ ਹੈ ਇਹ ਇੱਥੇ ਬਿਲਕੁਲ ਸਹੀ ਆਨਸਰ ਬਣੇਗਾ ਆਪਸ਼ਨ ਨੰਬਰ A ਇਸ ਤਰ੍ਹਾਂ ਬਾਬਰ ਨੇ ਇਹਦੇ ਵਿੱਚ ਤੁਗਲਮਾ ਨਾਮ ਦੀ ਨੀਤੀ ਨੂੰ ਅਪਣਾਇਆ ਸੀਗਾ ਠੀਕ ਹੈ ਐਂਡ ਬਾਬਰ ਨੇ ਇਸ ਯੁੱਧ ਦੇ ਵਿੱਚ ਤੋਪਾਂ ਦੀ ਵਰਤੋਂ ਵੀ ਕੀਤੀ ਸੀ ਤੋਪਾਂ ਦੀ ਵਰਤੋਂ ਕਾਰਨ ਹੀ ਬਾਬਰ ਨੇ ਪਾਣੀਪਤ ਦੀ ਪਹਿਲੀ ਲੜਾਈ ਦੇ ਵਿੱਚ ਜਿੱਤ ਹਾਸਲ ਕੀਤੀ ਹੈ ਇਸ ਗੱਲ ਦਾ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਤਾਂ ਇਹ ਇੱਥੇ ਬਿਲਕੁਲ ਸਹੀ ਆਨਸਰ ਬਣੇਗਾ ਪਾਣੀਪਤ ਦਾ ਦੂਜਾ ਯੁੱਧ ਹੁੰਦਾ ਹੈ 1556 ਦੇ ਵਿੱਚ ਨੈਕਸਟ ਆਪਾਂ ਦੇਖਦੇ ਹਾਂ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਦਰਬਾਰ ਵਿੱਚ ਕਿੰਨੇ ਕਮੀਆਂ ਨੂੰ ਸਰ ਪ੍ਰਸਤੀ ਦਿੱਤੀ ਸੀਗੀ ਆਹ ਕੁਸ਼ਨ ਐਗਜ਼ਾਮ ਚ ਆਉਣ ਦੀ ਪੌਸਿਬਿਲਿਟੀ ਜ਼ਰੂਰ ਰਹੇਗੀ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਦਰਬਾਰ ਵਿੱਚ ਟੋਟਲ 52 ਕਵੀਆਂ ਨੂੰ ਸਰਪ੍ਰਸਤੀ ਦਿੱਤੀ ਸੀਗੀ ਇਹ ਬਿਲਕੁਲ ਸਹੀ ਆਨਸਰ ਬਣੇਗਾ ਆਪਸ਼ਨ ਨੰਬਰ ਏ 52 ਐਂਡ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਹੀ ਜਿਹੜੀ ਮਸੰਦ ਪ੍ਰਥਾ ਸੀਗੀ ਉਹਦਾ ਅੰਤ ਕੀਤਾ ਸੀਗਾ ਐਂਡ ਜਿਹੜੀ ਜ਼ਿਮੀਦਾਰ ਪ੍ਰਥਾ ਹੈ ਉਹਦਾ ਅੰਤ ਕੀਤਾ ਬੰਦਾ ਸਿੰਘ ਬਹਾਦਰ ਨੇ ਦੋਨੋਂ ਹੀ ਪ੍ਰਥਾ ਪੁੱਛੀਆਂ ਜਾਂਦੀਆਂ ਹਨ ਧਿਆਨ ਵਿੱਚ ਜ਼ਰੂਰ ਰੱਖਣਾ ਮਸੰਦ ਪ੍ਰਥਾ ਸਟਾਰਟ ਕੀਤੀ ਸੀ ਸਿੱਖਾਂ ਦੇ ਚੌਥੇ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਐਂਡ ਜਿਹੜੀ ਦਸਵੰਦ ਪ੍ਰਥਾ ਹੈ ਯਾਨੀ ਕਿ ਆਪਣੀ ਆਮਦਨ ਦਾ ਦਸਵਾਂ ਹਿੱਸਾ ਇਹ ਸ਼ੁਰੂ ਕੀਤੀ ਹੈ ਸਿੱਖਾਂ ਦੇ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ। ਸੋ ਜਿਹੜੇ ਵੀ ਤੁਹਾਨੂੰ ਮੈਂ ਪੁਆਇੰਟ ਦੱਸੇ ਹਨ ਇਹਨਾਂ ਨੂੰ ਪਲੀਜ਼ ਤੁਸੀਂ ਨੋਟ ਜ਼ਰੂਰ ਕਰ ਲੈਣਾ। ਤਾਂ ਹੁਣ ਆਪਾਂ ਨੈਕਸਟ ਦੇਖ ਲੈਂਦੇ ਆ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਜਨਮ ਮੈਂ ਕਦੋਂ ਹੁੰਦਾ ਹੈ? ਤਾਂ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਜਨਮ ਹੈ 1780 ਦੇ ਵਿੱਚ ਹੋਇਆ ਸੀ ਗੁਜਰਾਵਾਲਾ ਪਿੰਡ ਵਿਖੇ ਠੀਕ ਹੈ। ਸੀ ਬਿਲਕੁਲ ਸਹੀ ਆਂਸਰ ਬਣੇਗਾ ਆਪਸ਼ਨ ਨੰਬਰ ਸੀ ਗੁਜਰਾਵਾਲਾ। ਤਾਂ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਹੁੰਦਾ ਹੈ ਗੁਜਰਾਵਾਲਾ 1780 ਦੇ ਵਿੱਚ। ਹੁਣ ਆਪਾਂ ਨੈਕਸਟ ਮੂਵ ਕਰਦੇ ਹਾਂ ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਕਿਸ ਮਿਸਲ ਨਾਲ ਸੰਬੰਧ ਸਨ ਤਾਂ ਤੁਹਾਨੂੰ ਪਤਾ ਹੈ ਮਹਾਰਾਜਾ ਰਣਜੀਤ ਸਿੰਘ ਦੇ ਜਿਹੜੇ ਪਿਤਾ ਸਨ ਤਾਂ ਉਹ ਸੰਬੰਧ ਸਨ ਸ਼ੁਕਰਚੱਕਿਆ ਮਿਸਲ ਇਹ ਬਿਲਕੁਲ ਸਹੀ ਆਨਸਰ ਬਣੇਗਾ ਸ਼ੁਕਰਚੱਕਿਆ ਮਿਸਲ ਨਾਲ ਸੰਬੰਧ ਸਨ ਮਹਾਰਾਜਾ ਜੀ ਸਿੰਘ ਦੇ ਪਿਤਾ ਜੇਕਰ ਸ਼ੁਕਰਚੱਕਿਆ ਮਿਸਲ ਦੀ ਆਪਾਂ ਗੱਲ ਕਰੀਏ ਤਾਂ ਇਹਦੇ ਸਥਾਪਕ ਮੰਨੇ ਜਾਂਦੇ ਹਨ ਚੜਤ ਸਿੰਘ ਚੜਤ ਸਿੰਘ ਅਤੇ ਬੁੱਧ ਸਿੰਘ ਇਹ ਆਪਣੇ ਸ਼ੁਕਰਚੱਕਿਆ ਮਿਸਲ ਦੇ ਸਥਾਪਕ ਮੰਨੇ ਜਾਂਦੇ ਹਨ ਏ ਇੱਥੇ ਬਿਲਕੁਲ ਸਹੀ ਆਨਸਰ ਬਣੇਗਾ ਆਪਸ਼ਨ ਨੰਬਰ ਏ ਨੈਕਸਟ ਆਪਾਂ ਕੁਐਸ਼ਨ ਦੇਖਦੇ ਹਾਂ 14 ਅਕਤੂਬਰ 1745 ਈਸਵੀ ਦੇ ਗੁਰਮਤਾ ਅਨੁਸਾਰ ਸਿੱਖਾਂ ਦੇ ਕਿੰਨੇ ਜੱਥੇ ਬਣਾਏ ਗਏ ਸਨ ਤਾਂ ਇਹ ਟੋਟਲ ਜੱਥੇ ਬਣੇ ਸਨ 25 ਬੀ ਬਿਲਕੁਲ ਸਹੀ ਆਨਸਰ ਬਣੇਗਾ ਆਪਸ਼ਨ ਨੰਬਰ ਬੀ 25 ਜੱਥੇ ਬਣੇ ਸਨ ਬੀ ਇੱਥੇ ਕਰੈਕਟ ਆਨਸਰ ਬਣ ਚੁਕੇਗਾ ਨੈਕਸਟ ਆਪਾਂ ਦੇਖਦੇ ਹਾਂ ਖੀਦਰਾਣੀ ਦੀ ਜਿਹੜੀ ਲੜਾਈ ਹੈ ਕਦੋਂ ਹੋਈ ਸੀ ਹਾਂਜੀ ਜੇਕਰ ਆਪਾਂ ਖਿਦਰਾਣੇ ਦੀ ਲੜਾਈ ਦੀ ਗੱਲ ਕਰੀਏ ਤਾਂ ਖਿਦਰਾਣੇ ਦੀ ਲੜਾਈ ਆਖਰੀ ਲੜਾਈ ਮੰਨੀ ਜਾਂਦੀ ਹੈ ਜੋ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਲੜੀ ਗਈ ਸੀ ਜੋ ਕਿ ਸ੍ਰੀ ਮੁਕਸਰ ਸਾਹਿਬ ਵਿਖੇ ਹੋਈ ਸੀ ਇਸ ਲੜਾਈ ਤੋਂ ਬਾਅਦ ਖਿਦਰਾਣੇ ਦਾ ਨਾਮ ਪਿਆ ਗਿਆ ਸੀਗਾ ਸ੍ਰੀ ਮੁਕਸਰ ਸਾਹਿਬ ਤਾਂ ਇਹਦਾ ਆਪਣੇ ਕੋਲ ਆਨਸਰ ਬਣੇਗਾ 1705 ਦੇ ਵਿੱਚ ਖਿਦਰਾਣੇ ਦੀ ਲੜਾਈ ਹੁੰਦੀ ਹੈ ਸੀ ਬਿਲਕੁਲ ਸਹੀ ਆਨਸਰ ਬਣੇਗਾ ਆਪਸ਼ਨ ਨੰਬਰ ਸੀ 1705 ਦੇ ਵਿੱਚ ਖਿਦਰਾਣੇ ਦੀ ਲੜਾਈ ਹੁੰਦੀ ਹੈ ਵੀਡੀਓ ਦਾ ਲਾਸਟ ਕੁਸ਼ਣ ਦੇਖਦੇ ਆਂ ਅਬਦੁੱਸ ਸਮਦ ਖਾਨ ਸੌਰੀ ਇਸ ਤੋਂ ਬਾਅਦ ਇੱਕ ਹੋਰ ਕੁਸ਼ਣ ਹੈ ਅਬਦੁੱਸ ਸਮਦ ਖਾਨ ਨੇ ਕਿਹੜੇ ਮਹਾਨ ਸਿੱਖ ਜਰਨੈਲ ਨੂੰ ਗ੍ਰਿਫਤਾਰ ਕੀਤਾ ਸੀਗਾ ਆਹ ਕੁਸ਼ਣ ਐਗਜ਼ਾਮ ਚ ਆਉਣ ਦੀ ਪੋਸੀਬਿਲਟੀ ਰਹੇਗੀ ਤਾਂ ਅਬਦੁੱਸ ਸਮਦ ਖਾਨ ਨੇ ਬੰਦਾ ਸਿੰਘ ਬਹਾਦਰ ਨੂੰ ਜਿਹੜਾ ਗ੍ਰਿਫਤਾਰ ਕੀਤਾ ਸੀਗਾ ਇਹ ਬਿਲਕੁਲ ਸਹੀ ਆਨਸਰ ਬਣੇਗਾ ਆਪਸ਼ਨ ਨੰਬਰ ਏ ਬੰਦਾ ਸਿੰਘ ਬਹਾਦਰ ਨੈਕਸਟ ਵੀਡੀਓ ਦਾ ਲਾਸਟ ਕੁਸ਼ਣ ਹੁਣ ਆਪਾਂ ਦੇਖਦੇ ਆਂ ਇਹ ਕੁਸ਼ਣ ਵੈਸੇ ਪਿਛਲੀ ਵੀਡੀਓ ਵਿੱਚ ਸੀ ਏਟ ਲਿਖਿਆ ਵਿੱਚੋਂ ਕਿਹੜੀ ਅਨਗਦੀ ਫਸਲ ਨਹੀਂ ਹੈ ਤਾ ਇਹਨਾਂ ਵਿੱਚੋਂ ਨਗਦੀ ਫਸਲ ਪੁੱਛੀ ਗਈ ਹੈ ਕਿਹੜੀ ਨਹੀਂ ਹੈ ਤਾਂ ਆਸਰ ਬਣੇਗਾ ਆਪਸ਼ਨ ਨੰਬਰ ਸੀ ਯਾਨੀ ਕਿ ਆਲੂ ਆਪਣੇ ਕੋਲ ਨਗਦੀ ਫਸਲ ਵਿੱਚ ਨਹੀਂ ਆਵੇਗਾ ਬਾਕੀ ਰੇਸ਼ਮ ਨਾਰੀਅਲ ਤੇ ਕਾਫੀ ਇਸ ਤਰ੍ਹਾਂ ਚਾਹ ਹੋਗੀ ਗੰਨਾ ਹੋ ਗਿਆ ਸਾਰੀਆਂ ਆਪਣੇ ਕੋਲ ਨਗਦੀ ਫਸਲ ਦੀਆਂ ਐਗਜ਼ਾਮਪਲ ਹਨ ਨਗਦੀ ਫਸਲ ਹੁੰਦੀ ਹੈ ਜਿਸ ਨੂੰ ਆਪਾਂ ਵੇਚ ਕੇ ਨਗਦ ਪੈਸੇ ਵਟ ਸਕਦੇ ਹਾਂ ਉਸ ਨੂੰ ਪਕਾਵਾਂਗੇ ਨਗਤੀ ਫਸਲ ਤਾਂ ਸੀ ਇੱਥੇ ਬਿਲਕੁਲ ਸਹੀ ਆਸਰ ਬਣੇਗਾ ਆਲੂ ਦੀ ਪੈਦਾਵਾਰ ਆਪਣੇ ਪੰਜਾਬ ਦੇ ਡਿਸਟ੍ਰਿਕਟ ਜਲੰਧਰ ਵਿੱਚ ਸਭ ਤੋਂ ਵੱਧ ਹੁੰਦੀ ਹੈ ਐਡ ਪੰਜਾਬ ਵਿੱਚ ਸਭ ਤੋਂ ਵੱਧ ਜਿਹੜਾ ਫਲ ਹੈ ਉਹ ਕਿਹੜਾ ਪਾਇਆ ਜਾਂਦਾ ਉਹ ਪਾਇਆ ਜਾਂਦਾ ਹੈ ਕਿੰਨੂ ਠੀਕ ਹੈ ਕਿੰਨੂ ਦੀ ਕਾਸਤ ਅਬੋਰ ਵਿੱਚ ਸਭ ਤੋਂ ਜ਼ਿਆਦਾ ਹੁੰਦੀ ਹੈ ਜੇਕਰ ਤੁਸੀਂ ਕਦੇ ਅਬੋਰ ਗਏ ਹੋ ਤਾਂ ਰਾਹ ਵਿੱਚ ਬਹੁਤ ਸਾਰੇ ਬਾਗ ਆਉਂਦੇ ਹਨ ਕਿੰਨੂ ਆ ਦੇ ਜੇਕਰ ਤੁਸੀਂ ਦੇਖਿਆ ਹੋਵੇ ਤਾਂ ਕਦੇ ਠੀਕ ਹੈ ਕਿੰਨੂ ਆ ਦੀ ਕਾਸਤ ਸਭ ਤੋਂ ਜ਼ਿਆਦਾ ਹੁੰਦੀ ਹੈ ਬੋਰ ਦੇ ਵਿੱਚ ਐਡ ਬੋਰ ਨੂੰ ਹੀ ਪੰਜਾਬ ਦੇ ਕੈਲੀਫੋਰਨੀਆ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਸੋ ਇਸ ਤੇ ਨਾਲ ਹੀ ਅੱਜ ਦੀ ਆਪਣੀ ਇਹ ਵੀਡੀਓ ਇੱਥੇ ਸਮਾਪਤ ਹੁੰਦੀ ਹੈ ਸੋ ਉਮੀਦ ਕਰਦਾ ਕਿ ਇਹ ਵੀਡੀਓ ਤੁਹਾਨੂੰ ਬਹੁਤ ਹੀ ਜ਼ਿਆਦਾ ਹੈਲਪਫ ਲੱਗੀ ਹੋਵੇਗੀ ਸੋ ਪਲੀਜ਼ ਇੱਕ ਵਾਰ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਕੇ ਜਾਣਾ ਐਂਡ ਜਿਹੜੀ ਵਿਦਾਰਥੀਆਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਤਾਂ ਪਲੀਜ਼ ਹੁਣੇ ਹੀ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਨਾਲ ਹੀ ਬੈਲ ਆਈਕਨ ਤੇ ਵੀ ਪ੍ਰੈਸ ਕਰ ਲਵੋ ਤਾਂ ਜੋ ਅੱਗੇ ਆਉਣ ਵਾਲੀਆਂ ਹਰੇਕ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਨੂੰ ਟਾਈਮ ਟੂ ਟਾਈਮ ਮਿਲਦਾ ਰਹੇ ਇਸ ਤਰ੍ਹਾਂ ਵਾ ਜੇਕਰ ਤੁਸੀਂ ਆਪਣੇ ਕੋਲ ਕੰਪਲੀਟ ਪੰਜਾਬ ਜੀਕੇ ਲੈਣਾ ਚਾਹੁੰਦੇ ਹੋ ਤਾਂ ਨੰਬਰ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ ਹਾਂ ਉਸ ਨੰਬਰ ਤੇ ਜਾਂ ਤਾਂ ਤੁਸੀਂ ਮੈਨੂੰ ਕਾਲ ਕਰਨੀ ਹੈ ਜਾਂ WhatsApp ਦੇ ਥਰੂ ਤੁਸੀਂ ਮੈਨੂੰ ਮੈਸੇਜ ਵੀ ਕਰ ਸਕਦੇ ਹੋ ਤਾਂ ਨੋਟਸ ਰਿਗਾਰਡਿੰਗ ਜਿਹੜੀ ਇਨਫੋਰਮੇਸ਼ਨ ਹੈ ਤੁਹਾਨੂੰ ਪ੍ਰੋਵਾਈਡ ਕਰਵਾ ਦਿੱਤੀ ਜਾਵੇਗੀ ਬਾਕੀ ਵੀਡੀਓ ਤੁਸੀਂ ਵਾਤ ਵਾਤ ਸ਼ੇਅਰ ਜ਼ਰੂਰ ਕਰਕੇ ਜਾਣਾ ਇਸ ਤਰ੍ਹਾਂ ਆਪਣਾ ਇੱਕ Telegram ਚੈਨਲ ਵੀ ਹੈ ਉਸ ਨੂੰ ਤੁਸੀਂ ਜੁਆਇਨ ਕਰ ਸਕਦੇ ਹੋ ਉਹਦੀ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਵਿੱਚ ਪ੍ਰੋਵਾਈਡ ਕੀਤੀ ਹੋਈ ਹੈ ਤਾਂ ਹੁਣ ਆਪਾਂ ਵੀਡੀਓ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ ਮਿਲਦੇ ਹਾਂ ਕਿਸੇ ਨੈਕਸਟ ਵੀਡੀਓ ਦੇ ਵਿੱਚ Thank you.